ਮਸਲਨ ਆ ਜਿਹੜੀ ਪੀਲੀ ਬੈਟਰੀ ਹੈ ਨਾ ਇਹ ਪਾਵਰ ਸੇਫ ਕੰਪਨੀ ਦੀ ਫਰਾਂਸ ਦੀ ਠੀਕ ਹੈ ਇੰਗਲੈਂਡ ਦੇ ਕੰਟੇਨਰ ਤੇ ਜਿਹੜਾ ਨਾ ਇਹ ਬੈਟਰੀ ਆਈ ਆ ਇਹ ਜਿਹੜਾ ਨਾ ਇਹਦਾ ਰੇਟ ਉਹ ਤੋਂ ਥੋੜਾ ਜ਼ਿਆਦਾ ਹੀ ਹੈ 300 ਅੰਪੀਅਰ 10,000 ਰੁਪਏ ਦਾ ਵਾ ਸਾਲ ਦੀ ਗਾਰੰਟੀ ਦੇ ਨਾਲ 400 ਅੰਪੀਅਰ ਆ ਇਹ 12,500 ਰੁਪਏ ਦਾ ਵਾ ਇਸੇ ਤਰ੍ਹਾਂ 600 ਅੰਪੀਅਰ ਆ ਉਹ 18,000 ਰੁਪਏ ਦਾ ਵਾ ਫਿਰ ਉੱਤੇ ਜਿੱਦਾਂ ਜਾਂਦੇ ਜਾਓ ਉਹ ਰੇਟ ਵੱਧਦੇ ਜਾਂਦੇ ਇਸ ਬਾਤ ਬਾਈ ਏਸੀ ਚੱਲ ਸਕਦੇ ਇਹਨਾਂ ਦੇ ਉੱਪਰ ਹਾਂਜੀ ਏਸੀ ਬਿਲਕੁਲ ਚੱਲ ਸਕਦਾ ਵਾ ਬੈਟਰੀਆਂ ਦੇ ਵੀ ਏਸੀ ਚੱਲ ਸਕਦਾ ਵਾ ਇਹ ਤੇ ਇਹ ਕਹਿ ਲਓ ਕਿ ਬੈਕਅਪ ਜ਼ਿਆਦਾ ਮਿਲੇਗਾ ਇੱਕ ਬੰਦਾ ਕਹਿੰਦਾ ਮੈਂ ਪੂਰੀ ਰਾਤ ਮਤਲਬ ਏਸੀ ਚਲਾਉਣਾ ਚਾਹੁੰਦਾ ਵਾਂ ਉਹ ਸੋਲਰ ਤੇ ਲਾ ਲਵੇ ਜੋ ਸੋਲਰ ਵੱਡਾ ਜਿਹੜਾ 5 ਕੇਵੀ ਦਾ ਸਿਸਟਮ ਹੈ ਨਾ ਤੇ ਉਹ ਤੇ ਦਿਨ ਦੇ ਟਾਈਮ ਚਾਰਜ ਹੋ ਜਾਣਗੇ ਬਾਕੀ ਏਸੀ ਚਲਾਉਂਦਾ ਵਾ ਤਾਂ ਸਾਰੀ ਰਾਤ ਉਹਦੀ ਨਿਕਲ ਜਾਏ ਬਿਲਕੁਲ ਠੀਕ ਹੈ ਹਾਂਜੀ 6 ਮਹੀਨੇ ਅਸੀਂ ਜਿਹੜੇ ਨਾ ਬੈਟਰੀ ਦੀ ਗਾਰੰਟੀ ਦੇਈ ਦੀ ਆ ਫ੍ਰੀ ਗਾਰੰਟੀ ਹੁੰਦੀ ਹੈ ਸਾਡੀ 6 ਮਹੀਨੇ ਚ ਜਿਹੜਾ ਨਾ ਕੋਈ ਮਸਲਾ ਹੋ ਜਾਵੇ ਉਹ ਸਾਡੀ ਜ਼ਿੰਮੇਵਾਰੀ ਦੀ ਗਾਰੰਟੀ ਜਿਹੜੇ ਸਾਡੇ ਕੋਲ ਡਰਾਈ ਸੈੱਲ ਹੁੰਦੇ ਆ ਉਹਦੀ 1 ਸਾਲ ਦੀ ਗਾਰੰਟੀ ਅਸੀਂ ਦਿੰਨੇ ਆ ਹੁਣ ਆ ਜਿਹੜੀ ਬੈਟਰੀ ਨਾ 2.5 ਕੇਵੀ ਦਾ ਜਨਰੇਟਰ ਜਿਹੜਾ ਨਾ ਉਹਨੂੰ ਸੈਲਫ ਮਾਰ ਦਿੰਦੀ ਆ 7-9 ਅੰਪੀਅਰ ਵਾਲੀ ਜਿਹੜੀ ਸਾਡੀ ਬੈਟਰੀ ਆ 3.5 ਕੇਵੀ ਇਹਨੂੰ 4 ਕੇਵੀ ਇਹਨੂੰ ਇਹ ਸੈਲਫ ਮਾਰ ਦਿੰਦੀ ਆ ਇਸੇ ਤਰ੍ਹਾਂ ਵੱਡੀਆਂ ਜਿਹੜੇ ਨਾ ਹਾਲਾਂਕਿ 3.5 ਕੇਵੀ ਵਾਲੇ ਪਾਣੀ ਵਾਲੀਆਂ ਜਿਹੜੇ ਇਸਤੇਮਾਲ ਕਰਦੇ ਨੇ ਉਹ ਸਾਡੇ ਕੋਲ ਕਹਿੰਦੇ ਆ ਕਿ ਸਾਨੂੰ ਕੋਈ ਵੱਡੀ ਬੈਟਰੀ ਦਿਓ ਅਸੀਂ 3.5 ਕੇਵੀ ਜਨਰੇਟਰ ਨੂੰ ਸੈਲਫ ਮਾਰਨਾ ਲੇਕਿਨ ਅਸੀਂ ਉਹਨਾਂ ਨੂੰ ਕਹਿੰਦੇ ਭਾਈ ਇਹ ਲੈ ਜਾਓ ਸੈਲਫ ਮਾਰੋ ਜੇ ਸੈਲਫ ਮਾਰੇ ਤੇ ਬੈਟਰੀ ਤੁਹਾਡੀ ਨਹੀਂ ਤੇ ਸਾਡੀ ਅਊਜ਼ ਬਿੱਲਾਹ ਮਿਨ ਸ਼ੈਤਾਨ ਰਜੀਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ ਮੇਰਾ ਨਾਮ ਹੈ ਅਬਦੁੱਲਾ ਤੁਸੀਂ ਦੇਖ ਰਹੇ ਮੀਆਂ ਟੈਕਨੀਕਲ ਗੁਰੂ ਦੋਸਤੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਮੈਸੇਜ ਕੀਤਾ ਸੀ ਕਮੈਂਟ ਬਾਕਸ ਦੇ ਅੰਦਰ ਵੀ ਕੀਤਾ ਔਰ WhatsApp ਦੇ ਉੱਪਰ ਵੀ ਮੈਸੇਜ ਕੀਤਾ ਕਿ ਸਰ ਸਾਨੂੰ ਡਰਾਈ ਬੈਟਰੀ ਵਾਲੀ ਦੁਕਾਨ ਤੇ ਲੈ ਕੇ ਜਾਇਆ ਜਾਵੇ ਔਰ ਦਿਖਾਇਆ ਜਾਵੇ ਕਿ ਉਹਨਾਂ ਦੇ ਕੋਲ ਕਿਹੜੀਆਂ ਡਰਾਈ ਬੈਟਰੀਆਂ ਔਰ ਉਹਨਾਂ ਦੀ ਲਾਈਫ ਕਿੰਨੀ ਹੋਏਗੀ ਔਰ ਉਹ ਕਿੰਨੇ ਦੇ ਵਿੱਚ ਸਾਨੂੰ ਮਿਲਣ ਵਾਲੀ ਆ ਔਰ ਜਿਹੜੀਆਂ ਡਰਾਈ ਬੈਟਰੀਆਂ ਉਹ ਇਹਨਾਂ ਦੇ ਕੋਲ ਕਿਹੜੀਆਂ-ਕਿਹੜੀਆਂ ਮੌਜੂਦ ਆ ਸਾਡੇ ਨਾਲ ਸ਼ਬਾਜ਼ ਭਾਈ ਮੌਜੂਦ ਆ ਅਸੀਂ ਇਹਨਾਂ ਕੋਲੋਂ ਪੁੱਛਾਂਗੇ ਕਿ ਇਹਨਾਂ ਦੇ ਕੋਲ ਕਿਹੜੀ ਜਗ੍ਹਾ ਤੇ ਇਹਨਾਂ ਦੀ ਸ਼ਾਪ ਆ ਔਰ ਆਪਣਾ ਸ਼ਾਪ ਦਾ ਐਡਰੈਸ ਵੀ ਦੇਣਗੇ ਔਰ ਆਪਣਾ ਫੋਨ ਨੰਬਰ ਵੀ ਦੇਣਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸ਼ਬਾਜ਼ ਭਾਈ ਦੇ ਕੋਲੋਂ ਪੁੱਛਦੇ ਆਂਗੇ ਇਹਨਾਂ ਦੇ ਕੋਲ ਕਿਹੜੀਆਂ-ਕਿਹੜੀਆਂ ਖੁਸ਼ਕ ਬੈਟਰੀਆਂ ਇਹਨਾਂ ਕੋਲ ਮੌਜੂਦ ਆ ਅਸਲਾਮ ਅਲੈਕਮ ਵਾਲੇਕਮ ਸਲਾਮ ਵਰਮ ਸ਼ਬਾਜ਼ ਭਾਈ ਕੀ ਹਾਲ ਹੈ ਠੀਕ ਅੱਲਾ ਸ਼ੁਕਰ ਜੀ ਤੁਸੀਂ ਸੁਣਾਓ ਜੀ ਸਾਡੇ ਨਾਜ਼ਰੀਨ ਵਾਸਤੇ ਨਾ ਬਹੁਤ ਜ਼ਿਆਦਾ ਬੇਤਾਬੀ ਸੀਗੀ ਕਿ ਖੁਸ਼ਕ ਬੈਟਰੀਆਂ ਵਾਸਤੇ ਨਾ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਮੈਸੇਜ ਕੀਤੇ ਸੀ ਇਸ ਵਜ੍ਹਾ ਮੈਂ ਤੁਹਾਡੇ ਕੋਲ ਹਾਜ਼ਰ ਹੋ ਗਿਆ ਸ਼ਬਾਜ਼ ਭਾਈ ਸਾਨੂੰ ਇਹ ਦੱਸਿਆ ਜਾਵੇ ਕਿ ਆਪਣੇ ਕੋਲ ਕਿਹੜੀਆਂ-ਕਿਹੜੀਆਂ ਖੁਸ਼ਕ ਬੈਟਰੀਆਂ ਹੁੰਦੀਆਂ ਨੇ ਕਿੰਨੇ-ਕਿੰਨੇ ਅੰਪੀਅਰ ਦੇ ਅੰਦਰ ਤੇ ਸਾਡੇ ਕੋਲ ਜਿਹੜਾ ਨਾ 5 ਅੰਪੀਅਰ ਤੋਂ ਲੈ ਕੇ 200 ਅੰਪੀਅਰ ਤੱਕ ਬੈਟਰੀ ਹੁੰਦੀ ਉਸ ਤੋਂ ਉੱਤੇ ਫਿਰ ਜਾਂਦੇ ਆ ਤੇ ਡਰਾਈ ਸੈੱਲ ਵੀ ਮੌਜੂਦ ਹੁੰਦੇ ਆ ਉਹ ਫਿਰ 300 400 500 2000 3000 ਤੱਕ ਵੀ ਆਉਂਦੇ ਆ ਬੈਟਰੀਆਂ ਇਸਤੇਮਾਲ ਸ਼ੁਦਾ ਵਾ ਜਾਂ ਸਾਡੇ ਕੋਲ ਨਿਊ ਬੈਟਰੀਆਂ ਦੇ ਵਿੱਚ ਆ ਦੋਨੋਂ ਤਰ੍ਹਾਂ ਦੀਆਂ ਆਉਂਦੀਆਂ ਵਾ ਮਤਲਬ ਨਵੀਆਂ ਵੀ ਆ ਜਾਂਦੀਆਂ ਵਾ ਤੇ ਯੂਜ਼ ਵਿੱਚ ਵੀ ਆਉਂਦੀਆਂ ਵਾ ਤੇ ਜ਼ਿਆਦਾ ਸਾਡੇ ਕੋਲ ਇੱਥੇ ਯੂਜ਼ ਵਿੱਚ ਹੁੰਦੀਆਂ ਵਾ ਜਿਹੜੇ ਕੰਟੇਨਰ ਦਾ ਮਾਲ ਹੁੰਦਾ ਨਾ ਬਾਹਰੋਂ ਆਉਂਦੀਆਂ ਥੋੜੀ ਬਹੁਤ ਉੱਥੇ ਸਟੈਂਡ ਬਾਈ ਚੱਲੀਆਂ ਹੁੰਦੀਆਂ ਵਾ ਉਹ ਇੱਥੇ ਵੀ ਕਾਫੀ ਸਾਲ ਚੱਲ ਜਾਂਦੀਆਂ ਚਲੋ ਇਹਨਾਂ ਦੀ ਲਾਈਫ ਦੇ ਗੱਲ ਬਾਅਦੋਂ ਕਰ ਲੈਨੇ ਆ ਕਿ ਇਹਨਾਂ ਦੀ ਲਾਈਫ ਕਿੰਨੀ ਹੋਣ ਵਾਲੀ ਪਹਿਲੇ ਨੰਬਰ ਸਾਨੂੰ ਇਹ ਦੱਸਿਆ ਹੋਵੇ ਕਿ ਆਪਣੇ ਕੋਲ 12 ਵੋਲਟ ਦੇ ਵਿੱਚ ਆ ਜਾਂ 24 ਵੋਲਟ ਚ ਕਿਹੜੀ-ਕਿਹੜੀ ਬੈਟਰੀ ਆਪਣੀ ਇਹ ਬੈਟਰੀਆਂ 12 ਵੋਲਟ ਵਿੱਚ ਹੁੰਦੀਆਂ ਵਾ 24 ਵੋਲਟ ਜਾਂ 48 ਵੋਲਟ ਬਣਾਣਾ ਨਾ ਉਹਨੂੰ ਲਿੰਕ ਕਰਕੇ ਫਿਰ ਜਿਹੜਾ ਨਾ ਬਣਾਇਆ ਜਾਂਦਾ ਵਾ ਠੀਕ ਹੈ ਠੀਕ ਅੱਛਾ ਫਿਰ ਸੈੱਲ ਹੁੰਦੇ ਆ ਉਹ 6 ਵੋਲਟ ਚ ਹੁੰਦੇ ਆ 2 ਵੋਲਟ ਚ ਹੁੰਦੇ ਆ ਅੱਛਾ ਸੈੱਲ ਯਾਨੀ ਕਿ 6 ਸੈੱਲਾਂ ਨੂੰ ਜੁਆਇ੨ ਕਰਾਂ 12 ਵੋਲਟ ਬਣੇਗਾ ਜਿਹੜਾ 2 ਵੋਲਟ ਵਾਲਾ ਸੈੱਲ ਹੁੰਦਾ ਨਾ ਉਹ 6 ਸੈੱਲਾਂ ਨੂੰ ਜੁਆਇਨ ਕਰਾਂਗੇ ਤੇ ਉਹ 12 ਵੋਲਟ ਬਣ ਜਾਏਗਾ ਠੀਕ ਹੈ 48 ਵੋਲਟ ਦਾ ਸਿਸਟਮ ਸੋਲਰ ਨਾਲ ਜਿਹੜਾ ਲੱਗਦਾ ਉਹ ਚ ਫਿਰ 24 ਸੈੱਲ ਲੱਗਦੇ ਆ ਉਹ ਲਿੰਕ ਪਾ ਕੇ ਜਿਹੜਾ ਨਾ ਜੁਆਇਨ ਕਰਨੇ ਪੈਂਦੇ ਆ ਤੇ ਬੈਟਰੀਆਂ ਜਿਹੜੀਆਂ ਨਾ ਇਹ 12 ਵੋਲਟ ਦੀ ਪੂਰੀ ਹੁੰਦੀ ਅੱਛਾ ਸੈੱਲ 6 ਵੋਲਟ ਵਾਲਾ ਵੀ ਹੁੰਦਾ ਵਾ ਉਹ 2 ਸੈੱਲ ਜੁਆਇੰਟ ਕਰਕੇ ਜਿਹੜਾ ਨਾ ਇੱਕ ਬੈਟਰੀ ਬਣ ਜਾਏਗੀ ਬਹੁਤ ਸਾਰੇ ਲੋਕਾਂ ਦਾ ਇਹੀ ਸਵਾਲ ਥੱਲੇ ਕਮੈਂਟ ਬਾਕਸ ਦੇ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਕਿ ਸਰ ਤੁਸੀਂ ਐਡਰੈਸ ਕੰਪਲੀਟ ਨਹੀਂ ਦੱਸਦੇ ਤੇ ਅਸੀਂ ਸ਼ਬਾਜ਼ ਭਾਈ ਕੋਲੋਂ ਪੁੱਛਦੇ ਆਂ ਕਿ ਅਸੀਂ ਇਹਨਾਂ ਦਾ ਐਡਰੈਸ ਇਹਨਾਂ ਦੇ ਕੋਲੋਂ ਹੀ ਪੁੱਛਦੇ ਆਂ ਔਰ ਇਹਨਾਂ ਦਾ ਫੋਨ ਨੰਬਰ ਵੀ ਹਾਂਜੀ ਸਾਡੀ ਦੁਕਾਨ ਦਾ ਜਿਹੜਾ ਨਾਮ ਹੈ ਨਾ ਜੀ ਸ਼ਾਹ ਨਵਾਜ਼ UPS ਐਂਡ ਡਰਾਈ ਬੈਟਰੀ ਸੈਂਟਰ ਆ ਇਸ ਗਲੀ ਦੀ ਜਾਂ ਇੱਕ ਮਾਰਕੀਟ ਦੀ ਜਿਹੜੇ ਨਾ ਸਭ ਤੋਂ ਪੁਰਾਣੀ ਦੁਕਾਨ ਆ ਇਹ ਸਾਡੀ ਜਿਹੜੀ ਦੁਕਾਨ ਆ ਨਾ ਇਹ ਦੁਕਾਨ ਨੰਬਰ 4546 ਆ ਤੇ ਇਹ ਜਿਹੜਾ ਸਰਗੋਧਾ ਰੋਡ ਤੇ ਨਾ ਥਾਣਾ ਸਰਗੋਧਾ ਰੋਡ ਆ ਇਹਦੇ ਨਾਲ ਹੀ ਪੁਲਿਸ ਵਾਲਿਆਂ ਦਾ ਪੰਪ ਆ PSO ਦਾ ਉਹਦੇ ਬਿਲਕੁਲ ਸਾਹਮਣੇ ਪੀਲੇ ਗੇਟ ਵਾਲੀ ਗਲੀ ਆ ਉੱਥੋਂ ਅੰਦਰ ਦਾਖਲ ਹੋ ਪਹਿਲੀ ਦੁਕਾਨ ਜਾਂ ਦੂਸਰੀ ਦੁਕਾਨ ਜਿਹੜੀ ਸਾਡੀ ਆ 4546 ਨੰਬਰ ਸ਼ਾਹਨਵਾਜ਼ UPS ਡਰਾਈ ਬੈਟਰੀ ਤੇ ਸੋਲਰ ਤਿੰਨੋਂ ਚੀਜ਼ਾਂ ਅਸੀਂ ਫੈਸਲਾਬਾਦ ਦੇ ਅੰਦਰ ਹਾਂਜੀ ਫੈਸਲਾਬਾਦ ਜੀ ਬਿਲਕੁਲ ਜੀ ਸ਼ਬਾਜ਼ ਭਾਈ ਹੁਣ ਅਸੀਂ ਸ਼ੁਰੂ ਕਰਦੇ ਆ ਸਾਨੂੰ ਦੱਸਿਆ ਜਾਵੇ ਕਿ ਬੈਟਰੀਆਂ ਸਾਡੇ ਕੋਲ ਕਿਹੜੀਆਂ-ਕਿਹੜੀਆਂ ਔਰ ਕੰਪਨੀ ਕਿਹੜੀ-ਕਿਹੜੀ ਆ ਔਰ ਇਹਨਾਂ ਦੀ ਵਾਰੰਟੀ ਕਿੰਨੀ ਆ ਔਰ ਇਹਨਾਂ ਦਾ ਰੇਟ ਵੀ ਨਾਲ-ਨਾਲ ਹੀ ਮੈਂ ਪਹਿਲੇ ਨੰਬਰ ਤੇ ਸਾਡੇ ਕੋਲ ਹਾਂਜੀ ਤੁਸੀਂ ਆ ਦੇਖੋ ਨਾ ਇਹ ਜਿਹੜੀ ਇਹ ਬੈਟਰੀ ਆ ਨਾ ਇਹ ਲੂਚ ਕੰਪਨੀ ਦੀ ਬੈਟਰੀ ਆ 150 ਅੰਪੀਅਰ ਦੀ ਇਹ ਨਰਾਡਾ ਕੰਪਨੀ ਦੀ ਬੈਟਰੀ ਆ ਇਹ ਵੀ 150 ਅੰਪੀਅਰ ਆ ਇਹ ਛੋਟੋ ਕੰਪਨੀ ਆ 150 ਅੰਪੀਅਰ ਹੋਰ ਵੀ ਕੰਪਨੀਆਂ ਹੈਗੀਆਂ ਮੈਂ ਜਿਹੜੇ ਨਾ ਜੀ ਸਾਨੂੰ ਪਹਿਲੇ ਨੰਬਰ ਤੇ ਸ਼ਬਾਜ਼ ਭਾਈ ਇਹ ਤੁਸੀਂ ਦੱਸੋਗੇ ਇਹ 150 ਅੰਪੀਅਰ ਵਾਲੀ ਬੈਟਰੀ ਆ ਅਗਰ ਅਸੀਂ ਇਹਨੂੰ ਪਰਚੇਜ਼ ਕਰਦੇ ਆ ਤੇ ਇਹ ਕਿੰਨੇ ਦੀ ਅਗਰ ਰੇਟ ਤੇ ਇਹਦਾ ਹੈ 35000 ਰੁਪਿਆ ਜੀ ਇਹ ਯੂਜ਼ ਦੀ ਹਾਲਤ 150 ਅੰਪੀਅਰ ਦੀ ਹਾਂਜੀ 150 ਅੰਪੀਅਰ ਨਵੀਂ ਜਿਹੜੇ ਨਾ 60000 ਪਲੱਸ ਤੇ ਮਿਲਦੀ ਆ ਲੇਕਿਨ ਇਹ ਉੱਥੇ ਬਾਹਰ ਜਿਹੜਾ ਸਟੈਂਡ ਬਾਈ ਚੱਲ ਕੇ ਆਈ ਹੁੰਦੀਆਂ ਥੋੜਾ ਬਹੁਤ ਇੱਥੇ ਵੀ ਜਿਹੜੇ ਨਾ ਕਾਫੀ ਸਾਲ ਚੱਲ ਜਾਂਦੀਆਂ ਇਹ 35000 ਰੁਪਏ ਦੀ
भी अच्छी होंगी है, रिजल्ट भी ज्यादा अच्छा उन्होंने। जिस बात भाई रेट कि दस कोई मसला हो जाए जिम्मेदारी एक साल की गारंटी असीं दिंदे आ। ठीक हो गया, ड्राई सैल जे दो वोल्ट वाले और छे वोल्ट वाले जो ड्राई सैल आ इन्हों को उन्होंने एक साल की वारंटी होएगी, और जी ड्राई बैटरियां 150 एम्पीयर की और 100 एम्पीयर की, इस तो बाद भी बड़िया भी बैटरियां भी देखते हैं शबाज भाई को पुछते हैं। जी 150 एम्पीयर की बैटरी दसी आ, इस तो अच्छी साढ़े को बैटरी भी आई, यानी कि नवी के भी है, या इस तो अच्छी एफिशंसी देने वाली साढ़े को बैटरी? हाँ, मतलब यह जड़ा ना यह जी बैटरी तुम दसी 35,000 रुपये की, यह चाइनीज ब्रांड आ। अच्छा, ये नवी लो तो वो 60 to 65,000 रुपये की मिलती है। ठीक हो गया। अच्छा, ये फिर यूरोपियन अमरीकन जी बैटरियां इस्तेमाल करते हैं खत्म करते हैं दोबारा रिचार्ज होती है दिन के दो दफा या तीन दफा, फिर यदि लाइफ 5 साल हो सकती है। अगर 50% या 20% इस्तेमाल आ जो इलाके बिजली ज्यादा नहीं जाती रात के टाइम उत्थे, यानी कि एफिशंसी अच्छी देने वाली है, ज़्यादा टाइम भी कट सकती है। अच्छा शबाज भाई, बहुत सारे सवाल आ उन्होंने, एक भी सवाल आ कि बहुत सारे लोगों ने दसिया कि ये उपर मॉडल लिखा होंगे वा, यानी कि 5 to 6 साल बाहरों चल के आती है, मॉडल वाइज हिसाब ना इन्हों के रेट होंगे, ये की है यानी कि इदा कोई सिलसिला कर? हाँ जी, वो मतलब बाहर 5 to 6 साल तो नहीं, थोड़े चले होंगे और चले भी स्टैंड बाई होंगे, इस्तेमाल इतने ही हों, उ तो लाइट वगैरह जाती नहीं, इस्तेमाल इतने पाकिस्तान आके हों। अच्छा, मॉडल का रेट तो फर्क पैंता वा, उतो अच्छा मॉडल आया हो मिलिया भी महंगा होंगे वा, अगे भी फिर मॉडल वाइज जड़ा ना यानी कि उन्होंने लाइफ भी ज्यादा होंगी। हाँ जी, लाइफ ज्यादा होंगी मॉडल दी। सैल दिखा रहे मसलन साढ़े को जड़ा ना 300 एम्पीयर का सैल आ, फिर 400 एम्पीयर का सैल आ, 500 वा, 600 वा, इस तो व्डे सैल बाहर पे आ उधर गोदाम च है। वोल्ट ना 2 वोल्ट होंगे, दो वोल्ट 150, 200, 300, 400, 500 एम्पीयर तक यानी कि सैल आ, एम्पीयर की शक्ल ज्यादा वा वोल्टेज इन्हों के कम आ, तुम ज्यादा सैल लगा के यानी 12 वोल्ट इन तैयार करके अपने अगर 100% तक ऑफिशंसी लैनी चाहते हैं। जी शबाज भाई, एसी चल सकते हैं? हाँ जी, एसी बिल्कुल चल सकता वा, बैटरियां ते भी एसी चल सकता वा, ये कह लो कि बैकअप ज़्यादा मिलेगा। एक बंदा कहता मैं पूरी रात मतलब एसी चलाना चाहना वा, वो सोलर ते लालवे चो भी सैल लगते आम तौर पर, सोलर वड्डा जिहड़ा 5 KV का सिस्टम है ना, तो उत्ते दिन के टाइम चार्ज हो जाएंगे, बाकी एसी चलाता वा तो सारी रात वो निकल जाए। बिल्कुल ठीक है। ये सैल का सू रेट दस दिता जाए, यदि क्वालिटी होर भी कोई हैगी साढ़े को? नहीं, फिलहाल साढ़े को यही क्वालिटी आ, तो एजिसन अच्छी कंपनी है, तो 300 एम्पीयर 10,000 रुपये का वा साल की गरंटी के नाल, 400 एम्पीयर आ ये 12,500 रुपये का वा, इस तरह 600 एम्पीयर आ वो 18,000 रुपये का वा, फिर उत्ते जिदा जाते जाओ रेट बढ़ते जाते। अच्छा, यह जी बैटरी ना मोटरसाइकिल से इस्तेमाल होंगी है, तकरीबन सब तो छोटी साढ़े को बैटरी है, 5 एम्पीयर की बैटरी है, 12 वोल्ट 5 एम्पीयर की, यह मोटरसाइकिल से भी इस्तेमाल होती, लाइटा वगैरह वास्ते भी इस्तेमाल होती, स्पैशल हारन लाए होंगे या LED लाइटा चलानी होंगे, वो थोड़ी वड्डी भी लग जाती है, वो जगह ना भी हो पार्टीशन करके जेहड़ा ना थोड़ी वड्डी बैटरी भी लाई जाती है, जी 7-9 एम्पीयर की है। इस तरह यह भी वड्डे जो पुलिस वालों को ट्रैफिक वालों को वड्डे मोटरसाइकिल होंगे या तो उत्थे यह बैटरी भी लग, राउटर वगैरह जिन्हें लगे? हाँ जी, उत्थे यह बैटरी भी लग जाती है 12 एम्पीयर की, 12 वोल्ट 12 एम्पीयर की। इस तरह फिर आ थोड़िया वड्डिया वा ये जो सोलर वाले वो भी लै जाते हैं, रेहड़िया वाले ये भी लै जाते हैं। अच्छा, ये जड़े ना मुख्तलिफ कंपनियां होंगे वा, ये CSB कंपनी की इस टाइम पई आ, ये तकरीबन अच्छी बैटरी जी ये ना 2,000 रुपये की है, चाइनीज कंपनी की हो वियतनाम की, यानी कि 5 एम्पीयर की? हाँ, 5 एम्पीयर की चाइनीज कंपनी हो, 1,000 रुपये की भी मिल जाती है जड़े ना। इस तरह यह वा ये भी अच्छी कंपनियां भी है वा, ये 2,500 रुपये की अच्छी बैटरी मिलती है, उदा सस्ती लो तो 1,500 की भी मिल जाती है। इस तरह यह जो 12 वोल्ट 12 एम्पीयर की आ, ये अच्छी बैटरी 3,500 रुपये की है, हल्के लो 3,000 रुपये की भी मिल जाती है। इस तरह आ 24 एम्पीयर की बैटरी है, आ 27 एम्पीयर की बैटरी है, आ 6,500 रुपये की आ, 7,000 रुपये की यूज़ में। ठीक हो गया। अच्छा, ये साढ़े को ना 35 एम्पीयर की पई है बैटरी, ये नवी डब्बा बैग है, ये 15,000 रुपये की है, ये जो 40 एम्पीयर की यूज़ में 10,000 रुपये की है। ये असल एक तो पानी का झंझट नहीं हों, दूसरा ये जो ना ये को मोटरसाइकिलों तो अलावा ये जनरेटर का सल्फ मारन वास्ते भी जो इस्तेमाल होंगे, हूँ वो जी पानी वाली ना वड़िया वड़िया बैटरियां होंगे वा, हल्के जे जनरेटर सल्फ मारन वास्ते होंगे, हूँ आ जी बैटरी ना 2.5 KV
जनरेटर जिहड़ा ना उहनूं सलफ मार दिंदी आ। 7 एम्पीयर वाली जिहड़ी साडी बैटरी आ 3.5 केवी आ, इहनूं 4 केवी इहनूं सलफ मार दिंदी आ। इसे तरह वड्डियां जिहड़े ना ते हालांकि 3.5 केवी वालियां उह जिहड़े इस्तेमाल करदे ना उह साडे कोल कहिंदे आ कि सानूं कोई वड्डी बैटरी दिओ, असीं 3.5 केवी जनरेटर नूं सलफ मारना, लेकिन असीं उहनां नूं कहिंदे भाई इह लै जाओ सलफ मारो, जे सलफ मारे ते बैटरी तुहाडी नहीं ते साडी। जी बिल्कुल नाज़िम, यह तुसी यानी कि देख लिया कि इन्हों का ड्राई बैटरी का और पानी वाली बैटरी का जो डिफरेंट आ, वह है एड्डी छोटी बैटरी जी 2.5 केवी सलफ बा आसानी मार सकती है। जिदा कि जनरेटर स्टार्ट सिर्फ करना होंगे और उस तो बाद जनरेटर बंद हो जाता, यानी कि चार्जिंग के मूड से चल जाता, इस करके जनरेटर 2.5 केवी तक आ बैटरी का इस्तेमाल कर सकते हैं। जिदा कि उस निस्बत अगर देखे जाए तो बैटरी बहुत ज़्यादा सस्ती आ और 5 to 6 साल कढ़ने वाली बैटरी आ। अगर किसी को जरूरत हो फैसलाबाद एड्रैस भी तुम असं दसिया, तुम आ के इन्होंने को परचेज कर सकते हैं। जी शबाज भाई, अपने को जी बड़ी बैटरी के मौजूद है यानी कि बड़े सोलर सिस्टम वास्ते 10 केवी या 20 केवी जी इस्तेमाल होंगे बड़िया बैटरियां, उसी 4 या 8 बैटरियां इस्तेमाल कर बड़ी एम्पेयर अपने बैटरी वीडी साढ़े को 200 एम्पेयर की है, वह खुलियां पा। ठीक हो गया। हाँ जी, यानी कि डब्बा पैक नहीं, डब्बा पैक नहीं है, ये यूज ही होंगे वा, वो फिर डब्बे ना आ जाते तो अभी डब्बे पा के फिर आ दिए, तो गाहक दस चाहिए वा कि पाइए नवी वारंटी उस प्रोसेस। हाँ जी, हाँ जी, रेट दस दौ ना 45,000 रुपए की आ, 200 एम्पीयर की। शाह नवाज UPS नाम तो जरा सरगोधा रोड के बलालगंज मार्केट के अंदर दुकान है। जिदा कि शबाज भाई ने तुम्हें नंबर भी दस दिया दुकान का और अपना फोन नंबर भी दस दिया, तुम फोन नंबर के उपर और वट्सएप के उपर राबता करके फैसलाबाद के अंदरों ड्राई बैटरियां परचेज कर सकते हैं। जी बिल्कुल, शाह नवाज UPS एंड ड्राई बैटरी सेंटर मशहूर दुकान है इतने बलालगंज, 0300-870-7272 0300-870-7272 व्हाट्सएप नंबर भी है। हाँ जी, व्हाट्सएप नंबर भी इतने आ, तो जिहड़े ने इतने तुसी फोन पर राबता करके रेट वगैरह भी लै सकते हैं, एड्रैस वगैरह भी पूछ सकते। सर किन्ने बजे तो किन्ने बजे तक अपनी शॉप? इस सुबह 10 बजे तो लैके जी रात 8 बजे तक असं जो इतने होंगे, जुम्मे छुट्टी होंगी। ठीक हो गया, जुम्मे की छुट्टी होंगी है। जिदा कि उन्होंने फोन नंबर मैनशन करता, सरगोधा रोड के उपर बलालगंज मार्केट के अंदर यह दुकान है। दोस्तों उम्मीद है तुम्हें अज की वीडियो पसंद आई होगी, अगर तुम्हें वीडियो पसंद आई है साढ़े चैनल सबसक्राइब कर दो, इसे तरह की इन्फॉर्मेटिव वीडियो लैके आते रहेंगे। अगली वीडियो तक सानू इजाजत दियो, अल्लाह हाफिज़।